ਨਸ਼ਾ ਤਸਕਰਾਂ ਦੀ ਖੈਰ ਨਹੀਂ। ਐਕਸ਼ਨ ਦਾ ਰੋਡ ਮੈਪ ਤਿਆਰ, ਕਿਵੇਂ ਹੋਵੇਗੀ ਨਸ਼ੇ ਖਿਲਾਫ ਕਾਰਵਾਈ। ਪਿਛਲੇ ਦੋ ਦਹਾਕਿਆਂ ਤੋਂ ਪੰਜਾਬ 'ਚ ਵੱਡੀ ਮੁਸੀਬਤ ਬਣੇ ਨਸ਼ੇ ਨੂੰ ਠੱਲ ਪਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਰੋਡ ਮੈਪ ਤਿਆਰ ਕਰ ਲਿਆ। ਨਸ਼ਾ ਤਸਕਰਾਂ ਤੋਂ ਲੈ ਕੇ ਨਸ਼ੇ ਦੇ ਆਦੀ ਲੋਕਾਂ ਦੀ ਲਈ ਪੂਰੀ ਤਿਆਰੀ ਹੈ, ਜਿਸ ਦੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਸਮਾਜ ਸੇਵੀਆਂ ਦੀ ਮਦਦ ਅਤੇ ਪਰਿਵਾਰ ਦਾ ਹੌਸਲਾ ਤੇ ਸਪੋਰਟ ਕੰਮ ਕਰੇਗੀ। ਸੀਐਮ ਭਗਵੰਤ ਮਾਨ ਦੇ ਮੁਤਾਬਿਕ ਨਸ਼ਾ ਇੱਕ ਵੱਡੀ ਲਾਮਤ ਹੈ, ਜਿਸ ਨੂੰ ਸਾਰਿਆਂ ਦੇ ਸਹਿਯੋਗ ਦੇ ਨਾਲ ਖਤਮ ਕੀਤਾ ਜਾ ਸਕਦਾ ਹੈ। ਉਹਦੇ 'ਚ ਤਿੰਨ ਪਹਿਲੂ ਨੇ, ਇਨਫੋਰਸਮੈਂਟ, ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ। ਜਿਹੜੀ ਇਨਫੋਰਸਮੈਂਟ ਹੈ ਉਹ ਪ੍ਰਮੁੱਖ ਤੌਰ ਤੇ ਪੁਲਿਸ ਦੀ ਹੀ ਜ਼ਿੰਮੇਵਾਰੀ ਹੈ, ਥੋੜਾ ਜਿਹਾ ਰੋਲ ਇਹਦੇ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਵੀ ਹੈ। ਡੀ ਐਡਿਕਸ਼ਨ ਸਿਹਤ ਵਿਭਾਗ ਦੇਖ ਰਿਹਾ ਹੈ, ਔਰ ਪ੍ਰੀਵੈਂਸ਼ਨ ਦਾ ਕੰਮ ਸਾਰੇ ਹੀ ਮਹਿਕਮੇ ਰਲ ਮਿਲ ਕੇ ਕਰ ਰਹੇ ਨੇ, ਜਿਵੇਂ ਸਿੱਖਿਆ ਵਿਭਾਗ ਹੋ ਗਿਆ, ਸਪੋਰਟਸ ਡਿਪਾਰਟਮੈਂਟ, ਪਬਲਿਕ ਰਿਲੇਸ਼ਨਸ, ਤੇ ਈਵਨ ਪੁਲਿਸ ਵੀ ਬਹੁਤ ਜ਼ਿਆਦਾ ਹੱਦ ਤੱਕ ਪ੍ਰੀਵੈਂਸ਼ਨ ਦੇ ਵਿੱਚ ਬਿਜ਼ੀ ਹੈ। ਜਾਣਦੇ ਹਾਂ ਕਿਸ ਤਰੀਕੇ ਨਾਲ ਸਰਕਾਰ ਦੀ ਨਸ਼ੇ ਤੇ ਠੱਲ ਪਾਉਣ ਨੂੰ ਲੈ ਕੇ ਤਿਆਰੀ ਹੈ। ਸਰਹੱਦੀ ਬਾਰਡਰਾਂ ਤੋਂ ਲੈ ਕੇ ਪੰਜਾਬ ਦੇ ਅੰਦਰ ਨਸ਼ੇ ਦੀ ਸਪਲਾਈ ਨੂੰ ਤੋੜਨ ਲਈ ਪੂਰਾ ਰੋਡ ਮੈਪ ਤਿਆਰ ਕੀਤਾ ਗਿਆ। ਸਰਹੱਦੀ ਬਾਰਡਰਾਂ ਦੇ ਲਈ ਕੀ ਪਲਾਨ ਹੈ? VIS ਯਾਨੀ ਕਿ ਵਿਲੇਜ ਇਨਫੋਰਮੇਸ਼ਨ ਸਿਸਟਮ ਪੂਰੀ ਤਰ੍ਹਾਂ ਲਾਗੂ ਹੋਏਗਾ। ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਨਾਲ ਜੁੜੇ ਨਸ਼ਾ ਤਸਕਰਾਂ ਦੇ ਟਿਕਾਣਿਆਂ ਦੀ ਲਿਸਟ ਤਿਆਰ ਕੀਤੀ ਜਾਏਗੀ, ਤਾਂ VDC ਵਿਲੇਜ ਡਿਫੈਂਸ ਕਮੇਟੀ ਤਿਆਰ ਹੋ ਰਹੀਆਂ ਨੇ, VPOs ਵਿਲੇਜ ਪੁਲਿਸ ਆਫੀਸਰਸ ਦੀ ਤਿਆਰੀ ਹੈ, ਤਾਂ ਡਰੋਨ ਐਮਰਜੈਂਸੀ ਰਿਸਪੋਂਸ ਸਿਸਟਮ ਤਿਆਰ ਹੋਏਗਾ। BSF, ਜ਼ਿਲ੍ਹਾ ਪੁਲਿਸ, ਸੂਬਾ ਤੇ ਸੈਂਟਰਲ ਏਜੰਸੀਆਂ, STF, NCB ਤੇ ਹੋਰ ਫੋਰਸ ਕੋਆਰਡੀਨੇਸ਼ਨ ਕਰਨਗੀਆਂ, ਤਾਂ WhatsApp ਗਰੁੱਪ ਦੀ ਮਦਦ ਦੇ ਨਾਲ ਇਹ ਕੰਮ ਹੋਏਗਾ। ਅੰਤਰਰਾਜੀ ਬਾਰਡਰਾਂ ਦੇ ਲਈ ਕੀ ਪਲਾਨ ਹੈ ਵੀ ਜਾਣਦੇ ਹਾਂ, ਤਾਂ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਨਸ਼ਾ ਸਪਲਾਈ ਦੇ ਰੂਟ ਪਲਾਨ ਦੀ ਪਛਾਣ ਹੋਏਗੀ। ਫੋਨ ਤੇ ਹੋਰ ਤਕਨੀਕ ਦੀ ਮਦਦ ਦੇ ਨਾਲ ਤਸਕਰਾਂ ਦੇ ਟਿਕਾਣਿਆਂ ਨੂੰ ਟਰੈਕ ਕੀਤਾ ਜਾਏਗਾ। ਨਸ਼ੇ ਦੇ ਉਤਪਾਦਨ ਤੇ ਕੜੀ ਨਜ਼ਰ ਰੱਖੀ ਜਾਏਗੀ। ਡੌਗ ਸਕੁਐਡ ਦੀ ਮਦਦ ਦੇ ਨਾਲ ਨਾਕਿਆਂ ਤੋਂ ਲੰਘਣ ਵਾਲੇ ਨਸ਼ੇ ਦੀ ਭੈੜ ਨੱਪੀ ਜਾਏਗੀ। ਗੁਆਂਢੀ ਸੂਬਿਆਂ ਦੀ ਪੁਲਿਸ ਦੇ ਸਹਿਯੋਗ ਦੇ ਨਾਲ ਪੰਜਾਬ ਪੁਲਿਸ ਐਕਸ਼ਨ ਲਵੇਗੀ, ਤਾਂ ਗੁਆਂਢੀ ਸੂਬਿਆਂ ਤੋਂ ਆ ਜਾ ਰਹੇ ਨਸ਼ੇ ਤੇ ਪੈਨੀ ਨਜ਼ਰ ਹੋਏਗੀ। ਤਾਂ ਪਿੰਡਾਂ ਤੇ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਕੀ ਪਲਾਨ ਹੈ ਇਹ ਵੀ ਜਾਣਦੇ ਹਾਂ। ਹੌਟਸਪੌਟ ਇਲਾਕਿਆਂ ਦੀ ਪਛਾਣ ਕੀਤੀ ਜਾਏਗੀ, ਡਰੱਗ ਸਮਗਲਰ ਤੇ ਸਪਲਾਇਰਾਂ ਦੀ ਲਿਸਟ ਵੀ ਤਿਆਰ ਹੋਏਗੀ। ਕਾਸੋ ਤਹਿਤ ਹੌਟਸਪੌਟ ਇਲਾਕਿਆਂ ਤੇ ਹੋਰਨਾਂ 'ਚ ਸਰਚ ਆਪਰੇਸ਼ਨ ਪਹਿਲਾਂ ਤੋਂ ਜਾਰੀ ਨੇ। ਨਾਕੇਬੰਦੀ ਦੇ ਰੇਡ ਦੇ ਰਾਹੀਂ ਗਲੀਆਂ ਦੇ ਵਿੱਚ ਬਣੀਆਂ ਹੌਟਸਪੌਟ ਥਾਵਾਂ ਤੇ ਕਾਰਵਾਈ ਹੋਏਗੀ। ਪੈਡਲਰ, ਸਪਲਾਇਰਸ ਤੇ ਵੱਡੀਆਂ ਮੱਛੀਆਂ ਨੂੰ ਫੜਿਆ ਜਾਏਗਾ। NCB ਡਰੱਗ ਅਥਾਰਟੀ ਸਮੇਤ ਜ਼ਿਲ੍ਹਾ ਪੁਲਿਸ ਡਰੱਗ ਇੰਸਪੈਕਟਰਾਂ ਦੇ ਨਾਲ ਕੋਆਰਡੀਨੇਸ਼ਨ ਹੋਏਗੀ, ਤਾਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਰਹੀ ਹੈ। ਕਲੀਅਰ ਪ੍ਰੋਵੀਜ਼ਨਸ ਨੇ ਵੀ ਜਿਹੜੇ ਡਰੱਗ ਸਮਗਲਰਸ ਨੇ, ਇਕੱਲੇ ਉਹੀ ਨਹੀਂ, ਉਹਨਾਂ ਦੇ ਜਿਹੜੇ ਸਾਥੀ ਨੇ, ਉਹਨਾਂ ਦੇ ਕੋਈ ਰਿਸ਼ਤੇਦਾਰ ਨੇ, ਉਹਨਾਂ ਦੇ ਫੈਮਿਲੀ ਦੇ ਮੈਂਬਰ ਹੈ, ਜਿਨ੍ਹਾਂ ਦੇ ਨਾਂ ਦੇ ਉੱਤੇ ਉਹ ਇਸ ਘਨੌਨੀ ਜਿਹੜੀ ਉਹਨਾਂ ਦੇ ਪੈਸੇ ਇਕੱਠੇ ਕਰਦੇ ਨੇ, ਉਹਨੂੰ ਜੇ ਕਿਤੇ ਉਹ ਇਨਵੈਸਟ ਕਰਕੇ ਕੋਈ ਪ੍ਰੋਪਰਟੀ ਬਣਾਉਂਦੇ ਨੇ, ਤਾਂ ਉਸ ਪ੍ਰੋਪਰਟੀ ਨੂੰ ਫਰੀਜ਼ ਵੀ ਕੀਤਾ ਜਾ ਸਕਦਾ, ਅਤੇ ਬਾਅਦ ਦੇ ਵਿੱਚ ਜਦੋਂ ਉਹ ਕੇਸ ਦਾ ਫੈਸਲਾ ਹੋ ਜਾਂਦਾ ਤਾਂ ਉਸਨੂੰ ਕੌਨਫਿਸਕੇਟ ਵੀ ਕੀਤਾ ਜਾ ਸਕਦਾ। ਤਾਂ ਨਸ਼ੇ ਸੰਬੰਧੀ ਕੇਸਾਂ ਦੇ ਨਿਪਟਾਰੇ ਨੂੰ ਲੈ ਕੇ ਸਮਗਲਰ ਤੋਂ ਪਹਿਲੇ ਗਾਹਕ ਤੋਂ ਲੈ ਕੇ ਅਖੀਰਲੇ ਗਾਹਕ ਨੂੰ ਲਿੰਕ ਕੀਤਾ ਜਾਏਗਾ। ਸਮੇਂ ਸਿਰ ਚਾਰਜਸ਼ੀਟ ਦਾਖਲ ਕੀਤੀ ਜਾਏਗੀ। ਇਹ ਤਾਂ ਸੀ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ਼ ਐਕਸ਼ਨ ਪਲਾਨ। ਤਾਂ ਦੂਜਾ ਵੱਡਾ ਟੀਚਾ ਹੈ ਕਿ ਨਸ਼ੇ ਦੀ ਡਿਮਾਂਡ ਨੂੰ ਕਿਵੇਂ ਘੱਟ ਕੀਤਾ ਜਾਏ, ਯਾਨੀ ਨਸ਼ੇ ਦੇ ਆਦੀਆਂ ਸੰਬੰਧੀ ਸਰਕਾਰ ਦਾ ਕੀ ਐਕਸ਼ਨ ਪਲਾਨ ਹੈ। ਤਾਂ DMT ਯਾਨੀ ਕਿ ਡਿਸਟ੍ਰਿਕਟ ਮੋਨੀਟਰਿੰਗ ਟੀਮ ਤਿਆਰ ਹੋ ਰਹੀ ਹੈ। SDMT ਸਬ ਡਿਵੀਜ਼ਨਲ ਮੋਨੀਟਰਿੰਗ ਟੀਮ ਤਿਆਰ ਹੋ ਰਹੀ ਹੈ। ਕਲਸਟਰ ਕੋਆਰਡੀਨੇਸ਼ਨ ਹੋਏਗੀ ਔਰ ਵਿਲੇਜ ਡਿਫੈਂਸ ਕਮੇਟੀ ਤਿਆਰ ਹੋਏਗੀ।
ਤਾਂ ਨਸ਼ੇ ਦੇ ਆਦੀ ਲੋਕਾਂ ਲਈ ਕੀ ਪਲਾਨ ਹੈ? ਦੱਸ ਦਈਏ ਕਿ VDC ਯਾਨੀ ਕਿ ਵਿਲੇਜ ਡਿਫੈਂਸ ਕਮੇਟੀ ਹਰ ਪਿੰਡ ਸ਼ਹਿਰ ਦੇ ਵਿੱਚ ਬਣੇਗੀ। ਨੁੱਕੜ ਨਾਟਕ, ਸੈਮੀਨਾਰ, ਕਲਚਰਲ ਐਕਟੀਵਿਟੀਜ਼ ਕਰਵਾਈਆਂ ਜਾਣਗੀਆਂ। NGO ਸਮਾਜ ਸੇਵੀ ਦੀ ਮਦਦ ਦੇ ਨਾਲ ਜਾਗਰੂਕਤਾ ਪ੍ਰੋਗਰਾਮ ਹੋਣਗੇ। SHO ਅਤੇ ਹੋਰ ਅਧਿਕਾਰੀ ਹਰ ਮਹੀਨੇ ਪਿੰਡਾਂ ਵਾਰਡਾਂ ਦੇ ਵਿੱਚ ਮੀਟਿੰਗ ਕਰਿਆ ਕਰਨਗੇ। ਸੋਸ਼ਲ ਮੀਡੀਆ ਪਲੇਟਫਾਰਮ, ਮੀਡੀਆ ਅਤੇ ਹੋਰਨਾਂ ਦੀ ਮਦਦ ਦੇ ਨਾਲ ਰੋਕਥਾਮ ਹੋਏਗੀ। ਤਾਂ ਇਹ ਨਸ਼ੇ ਦੇ ਖਿਲਾਫ਼ ਸਰਕਾਰ ਦਾ ਰੋਡਮੈਪ, ਨਸ਼ਾ ਤਸਕਰਾਂ ਤੋਂ ਲੈ ਕੇ ਨਸ਼ੇ ਦੇ ਆਦੀਆਂ ਨੂੰ ਰੋਕਿਆ ਜਾਵੇਗਾ। ਡੈਸਕ ਤੋਂ ਬਿਊਰੋ ਰਿਪੋਰਟ, ਨਿਊਜ਼ 18, ਪੰਜਾਬ।